ਆਪਣਾ ਘਰ ਵੀ ਆ ਦੇ ਆਰਿਆ ਘਰ ਆ ਰਹੀ ਦਰਗਾਹ ਸਾਰੀਆਂ ਦੁਕਾਨਾਂ ਦੇ ਕੋਲਾਂ ਛੱਡ ਕੇ ਲਟਰਮ ਪਟਰਮ ਤਾਂ ਨਹੀਂ ਕੀ ਕੁਛ ਇੱਥੇ ਆ। ਹਾਂਜੀ ਅੱਜ ਮੇਰਾ ਜੀ ਕਰਿਆ ਤੇਰੀ ਭਾਬੀ ਨੂੰ ਰਾਣੀ ਹਾਰ ਲੈ ਦੇਵਾਂ ਯਾਰ। ਮੈਂ ਤਾਂ ਬਈ ਕਦੇ ਬੰਕ ਮਾਰ ਨਹੀਂ ਸਕਦਾ ਸੀ ਕਿਉਂਕਿ ਜਮਾਂ ਨੇੜੇ ਤਾਂ ਸਾਡਾ ਯਾਰ ਘਰ ਸੀਗਾ ਹਨਾ ਸਕੂਲ ਦੇ ਉਹ ਰਿਹਾ ਸਕੂਲ ਆ ਰਿਹਾ ਘਰ ਆ ਦੇਖੋ ਅੱਜ ਤਾਂ ਬਈ ਨੋਸਟੈਲਜੀ ਆ ਗਿਆ। ਦੇਖੋ ਇੱਥੇ ਕੂਲਰ ਲੱਗਾ ਹੁੰਦਾ ਸੀ ਆਹ ਸਾਡਾ ਘਰ ਸੀਗਾ ਕਮਰਾ ਉਹ ਦੇਖੋ ਕਿੱਧਰ ਚਲਾ ਗਿਆ ਇਹ ਉਹ ਦੇ ਪਰ ਦੇਖੋ ਜਾ ਜਾਂਦਾ ਕਿ ਨਹੀਂ। ਤੁਹਾਡਾ ਕਰੀ ਫਿਰ ਸਵਾਗਤ ਆ ਨੀਵਿਆਂ ਦੇ ਘੈਂਟ ਦੇ ਵਲੋਗ ਦੇ ਵਿੱਚ। ਅੱਜ ਦੇ ਵਲੋਗ ਵਿੱਚ ਤਾਂ ਇੰਨਾ ਬਿਮਾਰ ਹੋਇਆ ਪਿਆ ਨਾ ਕੋਕ ਦੀ ਬੋਤਲ ਦੇ ਨਾ ਅੱਜ ਮੈਨੂੰ ਸ਼ਰਾਹ ਦੇਤਾ ਯਾਰ ਰਾਤ ਨਿਸ਼ਾਨੇ ਲਾਏ ਸੀ ਨਾ ਮਤਲਬ ਨਲੀ ਨੁਲੀ ਜੀ ਵਗੀ ਜਾਂਦੀ ਆ ਤੇ ਅੱਖਾਂ ਦੇ ਉਹ ਪਾਣੀ ਕੱਲ ਵਾਲੇ ਲੋਕ ਤੁਸੀਂ ਦੇਖਿਆ ਸੀ ਨਾ ਜਿਹੜੀ ਉਹ ਸਟੈਂਕ ਜੀ ਸੀ ਨਾ ਕੋਕ ਜੀ ਦੀ ਬੋਤਲ ਉਹ ਚ ਇੰਨੇ ਜ਼ਿਆਦਾ ਫੈਰ ਮਾਰੇ ਨਾ ਉਹਨੇ ਸ਼ਰਾਫ ਦੇਤਾ ਬਾਈ ਸਾਨੂੰ ਤਾਂ ਦੁਕਾਨ ਜਿਹਾ ਬਾਹਲਾ ਹੋਇਆ ਪਿਆ। ਗੋਲੀ ਮਾਰ ਲਾ ਹਾਂ ਓਏ ਹਾਂ ਜਾਂ ਲੈ ਕੇ ਆ ਓਏ ਬਹੁਤ ਵਧੀਆ ਯਾਰ ਤੂੰ ਆਈਡੀਆ ਦੇਤਾ ਹੈ ਮੇਰੇ ਤਾਂ ਦਿਮਾਗ 'ਚ ਹੀ ਨਹੀਂ ਆਇਆ ਹੈ। ਬਾਕੀ ਕੈਰੀ ਦੇ ਗੈਸਟ ਆਏ ਹੋਏ ਸੀਗੇ ਅੱਜ ਘਰੇ ਤਾਂ ਕਰਕੇ ਮਸਾਂ ਹੀ ਮਿਹਨਤਾਂ ਕਰਾ ਕਰਾ ਕੇ ਬਾਈ ਆਇਆ ਇਹ ਹਨਾ ਦੱਸੀ ਮਾੜਾ ਜਿਹਾ। ਨਹੀਂ ਨਹੀਂ ਉਦਾਂ ਗੱਲ ਕਰਦਾ ਵੀ ਮਤਲਬ ਹਨਾ ਤੁਹਾਨੂੰ ਪਤਾ ਜੋ ਗੈਸਟ ਆਉਂਦੇ ਫਿਰ ਘਰੇ ਯਾਰ ਛੋਟਾ ਮੁੰਡਾ ਚਾਹੀਦਾ ਹੁੰਦਾ ਵੀ ਕੋਕ ਲੈ ਆ ਮਠਿਆਈ ਲੈ ਆ ਸਮੋਸੇ ਲੈ ਆ ਹਨਾ ਤੇ ਭਾਂਡੇ ਚੱਕ ਲਾ ਭਾਂਡੇ ਧੋ ਦੇ ਝਾੜੂ ਲਾ ਦੇ ਗੈਸਟ ਆਏ ਆ ਚੱਲ ਨੱਚ ਕੇ ਦਿਖਾ ਦੇ ਉਹਨਾਂ ਨੂੰ ਮਾੜਾ ਜਿਹਾ ਜੀ ਲਵਾ ਏਦਾਂ ਹੀ ਹੁੰਦਾ ਬਈ ਛੋਟੇ ਜਿਹੜਾ ਛੋਟਾ ਮੁੰਡਾ ਹੁੰਦਾ ਉਹਦਾ ਇਹੀ ਧਰਮ ਹੁੰਦਾ ਜਿਹੜੇ ਗੈਸਟ ਆਏ ਹਾਂ ਬਈ ਗਾਣਾ ਗਾ ਕੇ ਸੁਣਾਓ ਲੋਕ ਇੱਦਾਂ ਕਹਿੰਦੇ ਗਾਣਾ ਖਾ ਕੇ ਸੁਣਾਓ ਆਪਣੇ ਕਹਿਣਗੇ ਗਾਲ ਕੱਢ ਕੇ ਦਿਖਾ ਗੱਲ ਨੂੰ ਚਲੋ ਯਾਰ ਜ਼ੁਕਾਮ ਬਾਹਲਾ ਜ਼ਿਆਦਾ ਹੋਇਆ ਪਿਆ ਤੇ ਹੁਣ ਜਾ ਕੇ ਨਾ ਦਵਾਈ ਲੈ ਕੇ ਆਈਏ ਯਾਰ ਤੇ ਉਸ ਤੋਂ ਬਾਅਦ ਆਪਾਂ ਜਾਣਾ ਵਾ ਕਿੱਥੇ ਕੈਰੀ ਵੀਰੇ ਨਿਸ਼ਾਨੇ ਲਾਉਣ ਜਾਣਾ ਵਾ ਅੱਜ ਤਾਂ ਤੇ ਬਾਹਲੇ ਜ਼ਿਆਦਾ ਖੁਸ਼ ਹਾਂ ਪਰ ਯਾਰ ਜਿਹੜਾ ਬੈਗ ਆ ਨਾ ਗੰਦ ਆਪਾਂ ਉਹ ਕੱਲ੍ਹ ਲੈ ਕੇ ਨਹੀਂ ਆਏ ਤੇ ਹੁਣ ਸਮਝ ਨਹੀਂ ਉਹਦੀ ਵੀ ਲੈ ਕੇ ਕਿਵੇਂ ਜਾਈਏ ਉਹਨੂੰ ਯਾਰ ਹੈਂ ਤੂੰ ਦੱਸ ਕਿਵੇਂ ਲੈ ਕੇ ਜਾਈਏ ਏਦਾਂ ਲੈ ਕੇ ਜਾਣੀ ਖਾਦੇ ਸ਼ਰੇ ਆ ਡੱਬੇ ਜੀ ਲੈ ਚੱਲ ਡੱਬੇ ਜੀ ਨਹੀਂ ਫਿਰ ਆਪਾਂ ਨੂੰ ਉਹਦਾ ਕੀ ਡਰ ਆ ਪਤਾ ਕੀ ਕਰਨਾ ਹਾਂ ਜਿਵੇਂ ਪਹਿਲਾਂ ਦਵਾਈ ਲਿਆਉਂਦੇ ਆ ਹਾਂ ਇਧਰੋਂ ਬੰਦੂਖ ਇਧਰੋਂ ਇੱਥੋਂ ਚੱਕ ਕੇ ਮੈਂ ਫੜ ਕਰ ਦੇ ਉੱਤਰ ਜਾੜੋ ਤੂੰ ਮੋਟਰ ਹੈ ਨਹੀਂ ਉੱਤਰ ਬੈਠ ਕੇ ਨਾਲ ਹੀ ਉੱਤਰ ਇਧਰੋਂ ਜਾ ਸਕਦੇ ਆ ਆਈ ਜਾਵੜਾ ਕਿ ਨਾ ਵੀ ਰੁਕੀ ਪਹਿਲਾਂ ਦਵਾਈ ਲੈ ਕੇ ਆਈਏ ਫਿਰ ਸਕੂਟਰੀ ਕੱਢ ਯਾਰ ਪਹਿਲਾਂ ਜਾ ਕੇ ਆ ਰਹੀ ਸੱਚੀ ਬਾਈ ਯਾਰ ਉਹੀ ਕੰਮ ਸੀ ਰਾਤ ਦਾ ਇੰਨਾ ਜ਼ਿਆਦਾ ਮੈਨੂੰ ਚਾਅ ਚੜਿਆ ਹੋਇਆ ਇੰਨੀਆਂ ਗੋਲੀਆਂ ਮਾਰੀਆਂ ਇੰਨੀਆਂ ਗੋਲੀਆਂ ਮਾਰੀਆਂ ਘਰ ਦੀ ਕੋਈ ਚੀਜ਼ ਨਹੀਂ ਛੱਡੀ ਭਾਂਡੇ ਭੂੰਡੇ ਸਾਰਾ ਜਮੋਰੀਆਂ ਕੱਢਤੀਆਂ ਉੱਥੇ ਉਹ ਤਾਂ ਪਈ ਰਹੀਆਂ ਨੇ ਸਵੇਰ ਦੀਆਂ ਗਾਲਾਂ ਅੱਜ ਵੀ ਸਵੇਰੇ ਮੂੰਹ ਵੀ ਨਹੀਂ ਧੋਤਾ ਚਾਹ ਨਹੀਂ ਪੀਤੀ ਬੁਰਸ਼ ਨਹੀਂ ਕੀਤਾ ਚੱਕ ਲਈ ਗੰਨ ਤੇ ਸਾਹਮਣੇ ਰੱਖ ਕੇ ਨਾ ਪਤੀਲੇ ਪਤੂਲੇ ਜੇ ਗੋਲੀਆਂ ਬਹੁਤ ਮਾਰੀਆਂ ਉਹਨਾਂ 'ਚ ਹੁਣ ਦਵਾਈ ਲੈਣ ਆਏ ਸੀਗੇ ਪਰਚੀ ਲਿਖਤੀ ਆ ਡਾਕਟਰ ਨੇ ਬਸ ਦਵਾਈ ਲੈ ਕੇ ਉਦੋਂ ਬਾਅਦ ਜਾਂਦੇ ਆ ਫਿਰ ਨਿਸ਼ਾਨੇਬਾਜ਼ੀਆਂ ਕਰਨ ਵਧੀਆ ਜੀ ਵਧੀਆ ਹੁਣ ਫਟਾਫਟ ਚੱਲੀਏ ਕਿਉਂਕਿ ਕੈਰੀ ਨੇ ਬਾਅਦ ਜਾ ਕੇ ਰਿਸ਼ਤੇਦਾਰਾਂ ਨੂੰ ਗਾਣੇ ਸੁਣਾਉਣੇ ਆ ਹਨਾ ਕੈਰੀ ਓਏ
ਮੁਜਰਾ ਕਰਕੇ ਦਿਖਾਉਣਾ ਵਾ ਤੀਆਂ ਲੱਗੀਆਂ ਤੁਹਾਡੇ ਘਰੇ ਰਿਸ਼ਤੇਦਾਰਾਂ ਨੂੰ ਕਿਉਂਕਿ ਛੋਟਾ ਮੁੰਡਾ ਬਾਈ ਫਰਜ਼ ਆ ਇੰਨਾ ਕੁ ਤਾਂ ਯਾਰ ਫਟਾਫਟ ਚੱਲਦੇ ਆ ਹੁਣ ਇੱਕ ਚੱਕਰ ਹੋਰ ਆ ਯਾਰ ਆਪਣਾ ਬੰਦੂਕ ਦਾ ਹਜੇ ਤੱਕ ਬੈਗ ਨਹੀਂ ਲਿਆ ਉਹ ਦੇਖਦੇ ਜੇ ਅੱਜ ਆਪਾਂ ਨੂੰ ਮਿਲ ਜਾਵੇ ਨਹੀਂ ਤਾਂ ਮੈਨੂੰ ਇੱਕ ਦਿਮਾਗ ਚਾਹੀਦਾ ਪਤਾ ਕੀ ਹੋਏ ਉਹ ਜਿੰਚ ਕੋਟ ਮਿੰਟ ਨਹੀਂ ਪਾਈਦਾ ਉਹ ਚ ਪਾ ਕੇ ਲੈ ਜਾਂਦੇ ਆ ਆਪਣੇ ਪੁਰਾਣੇ ਘਰੇ ਵੀ ਜਾਣਾ ਵਾ ਬੰਦੇ ਬਹੁਤ ਟਾਈਮ ਦੇ ਰਹਿੰਦੇ ਸੀਗੇ ਹਨਾ ਕਿਉਂਕਿ ਇੱਧਰ ਤਾਂ ਅਸੀਂ 7 ਸਾਲ ਪਹਿਲਾਂ ਆਏ ਆ ਉੱਥੇ ਮੇਰਾ ਬਚਪਨ ਕੱਟਿਆ ਮੈਂ ਪੂਰਾ ਉੱਥੇ ਲੈ ਕੇ ਚੱਲਦੇ ਗਰਾਊਂਡ 'ਚ ਮੇਲਾ ਵੀ ਲੱਗ ਗਿਆ ਹੋਇਆ ਉਹਨੂੰ ਮੇਲਾ ਵੀ ਦਿਖਾਉਂਦੇ ਆ ਅੱਜ ਜਿੱਥੋਂ ਲੈ ਕੇ ਗੋਲੇ ਗਾਲੇ ਖਾਂਦਾ ਰਿਹਾ ਹੋਰ ਬੇਲ ਪੁੜੀਆਂ ਖਾਧੀਆਂ ਜਿੱਥੇ ਉੱਥੇ ਲੈ ਕੇ ਜਾਊ ਅੱਜ ਹੁਣ ਬਸ ਇੰਚ ਭਰ ਲੈਂਦੇ ਹਾਂ ਆਪਾਂ ਹਾਂ ਅਤੇ ਚੱਲਦਿਆਂ ਨਿਸ਼ਾਨੇਬਾਜ਼ੀ ਕਰਨ ਹਾਂਜੀ ਬਾਈ ਜੀ ਹੁਣ ਦਵਾਈ ਖਾ ਲਈ ਆ ਅਤੇ ਬੰਦੂਕ ਚੱਕ ਲਈ ਹੋਈ ਆ ਮੇਰੇ ਵੀਰੋ ਅਤੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹ ਜਿਹੜੀ ਬੰਦੂਕ ਆ ਨਾ ਇਹ ਵਿਦਾਊਟ ਐਨੀ ਬਰੂਦ ਵਿਦਾਊਟ ਐਨੀ ਤਰੀਕੇ ਦਾ ਐਨੀ ਤਰੀਕੇ ਦਾ ਜਿਵੇਂ ਸਮਝ ਰਹੇ ਹੋ ਮਤਲਬ ਸਿਰਫ ਹਵਾ 'ਤੇ ਚੱਲਦੀ ਹੈ ਇਹ ਬੰਦੂਕ ਸਿਰਫ ਹਵਾ 'ਤੇ ਕੋਈ ਬੰਦੂਕ ਦੇ ਵਿੱਚ ਬਰੂਦ ਨਹੀਂ ਲਟਰਮ ਨਹੀਂ ਪਟਰਮ ਨਹੀਂ ਹੈ ਭਰਾਵਾ ਦੂਜੀਆਂ ਹੀ ਆ ਇਹ ਦੂਜੇ ਵਿੱਚ ਦੂਜੀਆਂ ਪਾਈਆਂ ਹੋਈਆਂ ਨੇ ਭਾਰੀ ਜਿਹੜੇ ਸਰੇ ਆ ਉਹ ਪਾਏ ਹੋਏ ਆ ਇਹਨੂੰ ਇਹਨੂੰ ਕਹਿੰਦੇ ਆ ਅੰਗਰੇਜ਼ੀ ਵਿੱਚ ਪਿਲਟਸ ਪਿਲਟਸ ਹਾਂ ਪਿਲਟਸ ਬ੍ਰੋ ਬੁਲਟਸ ਬੁਲਟਸ ਨਹੀਂ ਪਿਲਟਸ ਹੁੰਦੇ ਆ ਨਿੱਕੇ ਨਿੱਕੇ ਨੇ ਨਾ ਤਾਂ ਠੀਕ ਹੈ ਇਹਨੂੰ ਪਿਲਟਸ ਕਹਿਣਾ ਇਸ ਤੋਂ ਬਾਅਦ ਇਹਨੇ ਸ਼ਰਰਾ ਗਿਆ ਨਾ ਚਪੇੜਾ ਦੇਖੋ ਪੈਂਦੇ ਆ ਜਾ ਪਿਲਟ ਪਾ ਲਈਏ ਕਾ ਹੁਣ ਲਾ ਬਈ ਹਾਂ ਆਸੇ ਪਾਸੇ ਦੇਖ ਕੇ ਦੇਖੋ ਜਮਾਂ ਖਾਲੀ ਆ ਅਤੇ ਫਿਰ ਹੀ ਆਪਾਂ ਗਨ ਫਾਇਰ ਕਰਾਂਗੇ ਠੀਕ ਆ ਇਹ ਨਹੀਂ ਹੋਇਆ ਸਵਾਹ ਨੰਗੀ ਬਾਈ ਦੀ ਜਮਾਂ ਹੀ ਨਹੀਂ ਲੱਗਿਆ ਕੁਛ ਨਹੀਂ ਹੋਇਆ ਵੀਰੇ ਵਾਰੀ ਵਾਰੀ ਆ ਵੀਰੇ ਵਾਰੀ ਆ ਬੜਾ ਤੇਜ਼ ਬਣਦਾ ਕੈਰੀ ਤਾਂ ਹੈ ਹੁਣ ਜਾਊਗੀ ਬੇਇੱਜ਼ਤੀ ਕਰਾਤੀ ਯਾਰ ਬੇਇੱਜ਼ਤੀ ਨਹੀਂ ਕਰਾਈ ਵੀਰੇ ਇਹ ਮੈਂ ਮੇਰੀ ਹੁਣ ਦੇਖਦੇ ਇਹ ਤੁਹਾਨੂੰ ਵੀ ਦੇਖੀ ਜਾਣਾ ਉਰੋਂ ਕੰਬਦਾ ਕਿੰਨਾ ਵਾ ਇਹ ਚੱਲ 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 ਓ ਹਾਂ ਹੁਣ ਤਾਂ ਲੱਗਿਆ ਬਾਈ ਫੜੀ ਆਪਣੇ ਨੂੰ ਇਹ ਕਿੱਧਰ ਗਿਆ ਬੁਲਟਸ ਨਹੀਂ ਵੀਰੇ ਪਿਲਟਸ ਕਹਿ ਇਹਨਾਂ ਨੂੰ ਪਿਲਟਸ ਦੂਜੇ ਦੇ ਤਿੱਖੇ ਵਾਲਾ ਗੁੱਸਾ ਮੰਨ ਜਾਣਗੇ ਨਹੀਂ ਤਾਂ ਇਹ ਕਾਮ ਹੀ ਬੜਾ ਇੱਕ ਤਾਂ ਯਾਰ ਆਪਾਂ ਬੂਟ ਦੇ ਵਿੱਚੋਂ ਕੱਢ ਵੀ ਲਿਆ ਕਰਨੇ ਆ ਆ ਨਲੀ ਬਗਰੋਂ ਨਹੀਂ ਹਟਦੀ ਉਹ ਇਹ ਨਾ ਰਹਿ ਕੇ ਨਲੀ ਮੈਨੂੰ ਵੀ ਲੱਗੀ ਯਾਰ ਇਹਨੂੰ ਹੁਣੇ ਲੱਗ ਗਈ ਹੋਰ ਕਿਤੇ ਦੱਸੋ ਇਹਦਾ ਹਰੇਕ ਹੀ ਲਾ ਲੂਗਾ ਇੱਥੇ ਤਾਂ ਯਾਰ ਉਹ ਹੀ ਪੰਗਾ ਪੁਹੇਗਾ ਸਾਡਾ ਕੋਈ ਚੱਲ ਬੂਟ ਤੇ ਲਾ ਫਿਰ ਹੋ ਦੇ ਓਏ ਕਿੱਥੇ ਲੱਗੀ ਕਿੱਥੇ ਕਿ ਨਹੀਂ ਹੋਈ ਉਹਨੇ ਆ ਕੇ ਦਿਖਾ ਦੇ ਨਾ ਕੋਲੇ ਆ ਕੇ ਇਹ ਇੱਥੋਂ ਅੰਦਰ ਗਈ ਆ ਹਾਂ ਓਏ ਇਹ ਆ ਇੱਧਰੋਂ ਬਾਹਰ ਆ ਗਈ ਕਿਸੇ ਵੀ ਜੀਵ ਦੇ ਨੀ ਮਾਰਨੀ ਵੀਰੇ ਜਿਹੜਾ ਮਰਜ਼ੀ ਹੋਵੇ ਚਾਹੇ ਸੱਪ ਹੋਵੇ ਚਾਹੇ ਕੀੜੀ ਹੋਵੇ ਪਹਿਲਾਂ ਲੋਕ ਤਾਂ ਕਰ ਲਾ ਉਹਨੂੰ
ਨਹੀਂ ਹੋਈ ਹਜੇ ਹਜੇ ਦਾ ਕੀ ਮਤਲਬ ਆ ਗੋਲੀ ਤਾਂ ਨਿਕਲ ਗਈ ਵਿੱਚੋਂ ਸਹੀ ਬਿੰਗਾ ਹੋ ਗਿਆ ਨਹੀਂ ਨਹੀਂ ਓਦਾਂ ਹੀ ਆ ਡਿਜ਼ਾਈਨ ਨਹੀਂ ਉਹਦਾ ਓਦਾਂ ਬਣਿਆ ਹੋਇਆ ਦੂਰ ਹੋ ਜੀ ਕਈ ਵਾਰ ਬਾਜੀ ਮੇਰੇ ਹਾਲ ਨਾ ਕਰਦੀ ਹੁਣ ਕਰੀ ਲਊਗਾ ਉਹ ਪੈਠੇ ਤੇ ਨਿਸ਼ਾਨਾ ਦੇਖਦੇ ਆ ਲੱਗਦਾ ਕਿ ਨਹੀਂ ਚੱਲ ਠੀਕ ਆ ਜਾ ਓਏ ਫੜੇ ਮੂੰਹ ਤੇਰੇ ਬਾਲਾ ਕੱਚਾ ਯਾਰ ਤੂੰ ਤਾਂ ਇਦਾਂ ਹੀ ਮੈਂ ਕਹਾਂ ਤੂੰ ਰੁਕ ਇੱਕ ਆਈਡੀਆ ਆ ਇਧਰ ਦੇਖ ਹੁਣ ਦੇਖਿਓ ਇਹ ਨਾ ਸ਼ਰਰਾ ਸ਼ੁਰਰਾ ਨਹੀਂ ਇੰਤੇ ਲਾਉਨੇ ਆ ਓਏ ਆ ਦੇਖੋ ਬਾਈ ਉਰੇ 1 ਰੁਪਏ ਰੱਖਤਾ ਹੋਇਆ ਨਾ ਬਿਲਕੁਲ ਵੀ ਨਹੀਂ ਫੜੀ ਫੋਣੀ ਹੁਣ ਤੈਨੂੰ ਮੇਰੇ ਤੇ ਮੀਰ ਹੈਗੀ ਲਾ ਦੂੰ ਬਾਈ ਬਣਾ ਫੇਰ ਮੈਨੂੰ ਐ ਕਰ ਫੇਰ ਤੂੰ ਹੀ ਕੱਢ ਲੈ ਹੋਰ ਅੱਗੇ ਭਰਾ ਬਣੇ ਯਾਰ ਇੱਕ ਕਰ ਉਹ ਵੀਰ ਆਪਣੇ ਨਾ ਯਾਰ ਨਾ ਆਪਸ ਚ ਨਾ ਲੜੋ ਆਪਸ ਚ ਨਾ ਲੜੋ ਇੰਨੀ ਨੇੜੇ ਹੋ ਲੱਗੀ ਤਾਂ ਪਤਾ ਨੀ ਲੱਗਣਾ ਕਿਤੇ ਲੱਗੀ ਕਿਤੇ ਨੀ ਉਹ ਤੇਰੇ ਹੋ ਗਿਆ ਇੱਧਰ ਗਿਆ ਹੁਣ ਮੇਰੀ ਵਾਰੀ ਆ ਯਾਰ ਕੋਹ ਵੀ ਨਹੀਂ ਹੈ ਜੇ 1 ਰੁਪਏ ਨੂੰ ਉਹ ਬੜਾ ਤੇਜ਼ 1 ਰੁਪਿਆ 1 ਰੁਪਏ ਦਾ ਨੁਕਸਾਨ ਨਹੀਂ ਕੀਤਾ ਆਪਾਂ 1 ਰੁਪਏ ਦਾ ਹੈ ਤੱਕ 1 ਰੁਪਏ ਦਾ ਨੁਕਸਾਨ ਨਹੀਂ ਹੋਇਆ ਇਹਦਾ ਚੱਲ ਉਹ ਜਿਹਨੂੰ ਨਹੀਂ ਲੱਗਣਾ ਕੋਲੇ ਆ ਕੇ ਲਾਲਾ ਭਰਾਵਾ ਅੱਗੇ ਲਾਏ ਨਹੀਂ ਅਮਨ ਕਹਿੰਦਾ ਮੈਂ ਇੱਥੇ ਖੜ ਕੇ ਲਾਉ ਨਿਸ਼ਾਨਾ ਉੱਥੇ ਹਨਾ 1 ਰੁਪਏ ਦੇ ਚੱਲ ਆ ਫਿਰ ਸਨਾਈਪਰ ਬੁੱਕ ਕਰਨਾ ਕਰ ਲਓ ਬਾਈ ਪੰਜਾਬੀ ਸੀਟ ਤੇ ਬੈਠਾ ਏਦਾਂ ਬੈਠਾ 750 ਰੁਪਏ ਚ ਗਲਤੀ ਨਾਲ ਹੱਟ ਤੋਂ ਵੱਧ ਗਿਆ ਸੀਗਾ ਇੱਕ ਵਾਰੀ ਹਨਾ ਲੋਡ ਕੀਤੇ ਕੀਤੇ ਦੀ ਹੁਣ ਆਟੋ ਫਾਇਰ ਹੋਣ ਲੱਗ ਗਿਆ ਆਪਣਾ ਵੀ ਫਾਇਰ ਹੋ ਜਾਂਦਾ ਇਹ ਉਹ ਕਿਸੇ ਹੱਲ ਨਾ ਕਰ ਦਿਓ ਖਰਾਬ ਹੋ ਗਈ ਹੁਣ ਇਹ ਮੈਨੂੰ ਲਾਉਣ ਦੇ ਯਾਰ ਲਾ ਲੈ ਦੇ ਐ ਲਗਾ ਰਿਆ ਯਾਰ ਰਾਣੀ ਕੀ ਕਰੀ ਜਾਂਦੇ ਆ ਇਹ ਇੱਕੋ ਦਮ ਆਪਣਾ ਵੀ ਚੱਲ ਪਿਆ ਉਹ ਬੱਚੇ ਆ ਗਏ ਤੇ ਕੱਢ ਲਿਆ ਉਹੀ ਮਾਰਿਆ ਦਾ ਬੱਚਾ ਮੈਂ ਇਹਨਾਂ ਨੂੰ ਹੀ ਡਰਾਈ ਜਾਂਦਾ ਵਾ ਮੈਂ ਨਾ ਜਾਣ ਕੇ ਨਾ ਆਪ ਹੀ ਫਾਇਰ ਕਰਤਾ ਇਹਨਾਂ ਨੂੰ ਹੁਣ ਮੈਂ ਡਰਾਈ ਜਾਂਦਾ ਕਿ ਆਟੋ ਫਾਇਰ ਹੋ ਜਾਂਦਾ
ਡਰੇ ਪਏ ਆ ਲੋਡ ਕਰਨ ਵੇਲੇ ਹੁਣ ਦੇਖਿਓ ਉਹ ਧਿਆਨ ਰੱਖਿਓ ਕਿ ਇਹ ਬਲ ਨਾ ਕਰਦੀ ਇਹਨੂੰ ਲੋਡ ਫਿਰ ਹੋ ਜਾਂਦਾ ਇਹਦਾ ਓਏ ਭਰਾਵਾ ਮਿੰਤਾ ਲੈ ਜਾ ਇਹਦਾ ਐਕਚੁਲੀ ਯਾਰ ਬੈਗ ਲੈ ਕੇ ਆਉਣ ਵਾਲਾ ਤੇ ਆਪਾਂ ਮੰਗਾਇਆ ਹੋਇਆ ਤੇ ਕੱਲ ਨੂੰ ਆਪਾਂ ਨੂੰ ਆ ਜਾਊਗਾ ਇੱਦਾਂ ਕੈਰੀ ਕਰਨੀ ਮੈਨੂੰ ਵੀ ਬਹੁਤ ਗਲਤ ਜਿਹੀ ਲੱਗ ਰਹੀ ਆ ਹਨਾ ਬਟ ਕੋਈ ਨਹੀਂ ਯਾਰ ਅੱਜ ਮਜਬੂਰੀ ਆ ਟਾਰਗੇਟ ਪ੍ਰੈਕਟਿਸ ਕਰਨ ਚੱਲੇ ਹਾਂ ਪਰ ਆਪਾਂ ਚੱਲੇ ਉਹ ਹੀ ਥਾਂ 'ਤੇ ਹਾਂ ਆਹ ਦੇਖੋ ਇੱਧਰਲੇ ਪਾਸੇ ਕੋਈ ਨਹੀਂ ਹੈਗਾ ਹਨਾ ਤਾਂ ਕਰਕੇ ਕੋਈ ਚੱਕਰ ਨਹੀਂ ਹੈਗਾ ਇੱਧਰਲੇ ਪਾਸੇ ਉਹ ਮਾਰਦਾ ਸਲਿੱਪਾਂ ਉਹਦੇ ਹੜ ਜਾ ਮੈਂ ਆ ਗਿਆ ਕਿੱਥੋਂ ਆਵਾਂ ਇੰਨਾ ਕੂੜੇ ਦਾ ਢੇਰ ਆ ਇੱਥੇ ਉਹ ਨਹੀਂ 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 ਰਹਿਣ ਦੇ ਮੈਂ ਆ ਗਿਆ ਬਾਲਾ ਗੰਦ ਮੰਦਾ ਉਰੇ ਯਾਰ ਓਨੇ ਦਾ ਹੀ ਮੋਟਰਸਾਈਕਲ ਆ ਓਨੇ ਦੀ ਹੀ ਗੰਦ ਹੁਣ ਮੈਂ ਲੱਭਦੇ ਆ ਦੇਖੋ ਬਾਈ ਇੱਧਰਲੇ ਪਾਸੇ ਨਾ ਕੋਈ ਹੈ ਨੀਗਾ ਬਹੁਤ ਰੇਅਰ ਜਾਣੇ ਆ ਆਪਾਂ ਹੁਣ ਪਤਾ ਕੀ ਕਰਿਆ ਕਰਨਾ ਪਤੰਗ ਦਾ ਪੇਚਾ ਲਾ ਕੇ ਕਿਸੇ ਦੇ ਨਾਲ ਗੋਲੀ ਮਾਰਿਆ ਕਰਨੇ ਡੋਰ ਵੱਧ ਜਾ ਕਰਨਾ ਐਡਾ ਪੱਕਾ ਨਿਸ਼ਾਨਾ ਨਹੀਂ ਹੈਗਾ ਤੇਰਾ ਗੋਲੀ ਤਾਂ ਪਤੰਗ ਦੇ ਮਾਰਿਆ ਕਰਨੀ ਖਾਲੀ ਥਾਂ 'ਤੇ ਚੱਲੇ ਹਾਂ ਜਿੱਥੇ ਆਪਾਂ ਐਂ ਪ੍ਰੈਕਟਿਸ ਕਰ ਸਕੀਏ ਹੁਣ ਆ ਚੁੱਕੇ ਹਾਂ ਬਾਈ ਜੀ ਫਾਈਨਲੀ ਨਿਸ਼ਾਨੇ ਲਾਉਣ ਅਤੇ ਆਪਾਂ ਨਾ ਤੁਸੀਂ ਇਹ ਦੇਖ ਸਕਦੇ ਹੋ ਉਹਦੇ ਕੱਚ ਬੜਾ ਖਿਲਰਿਆ ਹੋਇਆ ਅਤੇ ਉਦੋਂ ਇਲਾਵਾ ਆਹ ਦੇਖ ਆਪਾਂ ਹੁਣ ਪਤਾ ਕੀ ਕਰਨਾ ਮੈਂ ਨਾ ਆਹ ਡੱਬੀ ਚੱਕੀ ਆਹ ਰੱਖਦੇ ਹਾਂ ਸਾਈਡ 'ਤੇ ਮੋਟਰਸਾਈਕਲ 'ਤੇ ਰੱਖਦੇ ਹਾਂ ਤਾਂ ਮੀਟਰ 'ਤੇ ਸਾਲਿਆ ਵੀ ਜੇ ਉਹ ਨਹੀਂ ਟੁੱਟਦਾ ਮੇਰਾ ਨਿਸ਼ਾਨਾ ਚੁੱਕ ਗਿਆ ਨਹੀਂ ਮੀਟਰ ਟੁੱਟੂ ਨਹੀਂ ਚੁੱਕਦਾ ਯਾਰ ਮੀਟਰ 'ਤੇ ਕੀ ਆ 50 ਦੀ ਟੇਪ ਹੋਰ ਕਰਾ ਦਾਂਗੇ ਮੇਰੀ ਗੱਲ ਮੰਨ ਇਹਨੂੰ ਟੇਡਾ ਰੱਖਦੇ ਆ ਨਾ ਨਾ ਮੋਟਰ ਹੈਲੋ ਟੇਡਾ ਖੜਾ ਇਹਦੀ ਸੀਟ ਤੇ ਉਧਰ ਦਿਖਾ ਦੇ ਕਰਾਂ ਭਾਈ ਵੈਕਸ ਲਾ ਦਾ ਆ ਇਹ ਸਵਾਦ ਆਉਂਦਾ ਨਾ ਪੂਰਾ ਉਹ ਤੇਰੀ ਵਾਰੀ ਠੀਕ ਆ ਹਾਂ ਕੈਰੀ ਵੀਰੇ ਤੈਨੂੰ ਪਤਾ ਨਾ ਕਿਵੇਂ ਲਾਉਣਾ ਮੈਂ ਵੀਰੇ ਕੁਝ ਵੀ ਕਰ ਸਕਦਾ ਪਰ ਪੈਡ ਪੈਡ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਹਾਂ ਤੂੰ ਪਹਿਲਾਂ ਹੀ ਬਹੁਤ ਪਹੁੰਚਾ ਚੁੱਕਿਆ ਉਹਨੂੰ ਨੁਕਸਾਨ ਪੈ ਗਿਆ ਸਾਰੇ ਚੱਲ ਜਲਦੀ ਲਾ ਫਿਰ ਉਹ ਤੋਂ ਬਾਅਦ ਜਾਣਾ ਮੈਨੂੰ ਜ਼ੁਕਾਮ ਬਾਹਲਾ ਹੋਇਆ ਹੋਇਆ ਪਰ ਉੱਧਰਲੇ ਘਰੇ ਜਾਣ ਨੂੰ ਬਹੁਤ ਚਿੱਤ ਕਰਦਾ ਪਿਆ ਪਰ ਦੇਖੋ ਜਾ ਜਾਂਦਾ ਕਿ ਨਹੀਂ ਓ ਵਾਹ ਜੀ ਵਾਹ ਕੈਰੀ ਵੀਰੇ ਸ਼ੁਕਰ ਆ ਮਾੜਾ ਮੋਟਾ ਤੇਰਾ ਨਿਸ਼ਾਨਾ ਸਹੀ ਹੋਇਆ ਓਏ ਰੋਡ ਦੇ ਉੱਪਰ ਖੜ ਕੇ ਚਾਹ ਪੀ ਜਾਂਦਾ ਕਿਤੇ ਮੁੰਡਾ ਅੱਜ ਤਾਂ ਹਾਂ ਪੁਰਾਣਾ ਘਰ ਆਪਣਾ ਦੇਖੋ ਆਹ ਆਪਣਾ ਘਰ ਆ ਪੁਰਾਣਾ ਤੇ ਆਹ ਦਰਗਾਹ ਇੱਥੇ ਬਹੁਤ ਖੇਡੇ ਆ ਬਾਈ ਬੈਟ ਬੋਲ ਯਾਰ ਇੱਥੇ ਬਾਹਲਾ ਜ਼ਿਆਦਾ ਖੇਡੇ ਆ ਬਣਾ ਬਣਾਏ
ਹਾਂ ਉਹ ਇੱਥੇ ਬੋਇਆ ਡਿੱਗੇ ਆ ਨਾ। ਹਾਂ ਵੀ ਛੋਟੂ ਕਿਵੇਂ ਆ? ਠੀਕ ਆ। ਟਾਇਰਾਂ ਵਾਲੇ ਬੂਟ ਉਰੇ ਬਹੁਤ ਖੇਡਦੇ ਸੀਗੇ, ਬੈਟ ਬਾਲ, ਫੁੱਟਬਾਲ, ਇੱਧਰਲੇ ਪਾਸੇ ਫੁੱਟਬਾਲ ਬਹੁਤ ਖੇਡੀ ਆ। ਕਹਿੰਦਾ ਭਾਂਡੇ ਖੇਡਦੇ ਹੁੰਦੇ ਸੀ, ਉਹ ਜਿਹੜੀ ਥੱਲੇ ਗੁੱਤੀ ਬਣੀ ਹੋਈ ਆ। ਹਾਂ ਜਿਹੜੀਆਂ ਆਹ ਖੁੱਤੀਆਂ ਬਣੀਆਂ ਨੇ ਨਾ ਹਾਲੀਆਂ, ਇਹਦੇ ਵਿੱਚ ਪੋਲ ਲੱਗਦੇ ਹੁੰਦੇ ਆ, ਪਰ ਇਹਦੇ ਵਿੱਚ ਬਾਅਦ ਵਿੱਚ ਅਸੀਂ ਭਾਂਡੇ ਖੇਡਦੇ ਹੁੰਦੇ ਸੀ। ਇੱਦਾਂ ਹੀ ਮੇਰੀ ਇੱਕ ਭੈਣ ਝੂਟ ਰਹੀ ਸੀ ਇੱਦਾਂ, ਉੱਥੋਂ ਸਿੱਧਾ ਥੱਲੇ ਦੰਦ ਟੁੱਟ ਗਏ ਸੀ ਯਾਰ। ਬਹੁਤ ਜ਼ਿਆਦਾ ਯਾਦਾਂ ਜਿਹੜੀਆਂ ਹੋਈਆਂ ਨੇ ਆ ਘਰ ਨਾਲ ਯਾਰ। ਓਏ ਪੁੱਤਨਾ ਛੋਟਾ ਆ ਰਿਹਾ ਆਪਣੇ ਪੁਰਾਣੇ ਘਰ ਦਾ ਬਰਾਂਡਾ ਹੁਣ। ਹਾਂ ਹਾਂ ਸਾਡਾ ਕਮਰਾ ਸੀਗਾ, ਹੁਣ ਤਾਂ ਬਹੁਤ ਟਾਈਮ ਹੋ ਗਿਆ, ਤਾਂ ਕਰੀ ਖਰਾਬ ਜਿਹਾ ਹੋਇਆ ਪਿਆ ਨਾ, ਜਿਵੇਂ ਆ ਬਾਰੀ ਜੀ ਵੀ ਖਰਾਬ ਹੋਈ ਪਈ ਆ ਹਾਲੀ। ਇੱਥੇ ਖੜ ਖੜ ਕੇ ਵੀਡੀਓ ਬਣਾਉਂਦਾ ਹੁੰਦਾ ਯਾਰ, ਇੱਥੇ ਕੂਲਰ ਲੱਗਾ ਸੀ, ਬਾਹਰ ਢੋਲ ਵੱਜ ਰਹੇ ਆ ਕਿਉਂਕਿ ਨਾ ਆਹ ਦੇਖੋ ਅੱਜ ਤਾਂ ਬਈ ਨੋਸਟੈਲਜੀ ਆ ਗਿਆ। ਦੇਖੋ ਇੱਥੇ ਕੂਲਰ ਲੱਗਾ ਹੁੰਦਾ ਸੀ, ਆਹ ਸਾਡਾ ਘਰ ਸੀਗਾ ਕਮਰਾ, ਖੋਲ੍ਹ ਕੇ ਦੇਖਾਂ ਇਹਨੂੰ। ਓਹੋ ਕਿਹੋ ਜਿਹਾ ਹੋਇਆ ਪਿਆ ਓਏ, ਆਹ ਕਮਰਾ ਹੁੰਦਾ ਸੀ ਸਾਡਾ ਬਈ, ਇੱਥੇ ਰਹਿੰਦੇ ਸੀ। ਮਤਲਬ ਬੋਇਆ ਤਾਂ ਸਾਫ਼ ਹੁੰਦਾ ਸੀਗਾ ਉਦੋਂ ਤਾਂ, ਹੁਣ ਤਾਂ ਬਹੁਤ ਟਾਈਮ ਦਾ ਯਾਰ ਯੂਜ਼ ਹੀ ਨਹੀਂ ਕੀਤਾ, ਕਮ ਸੇ ਕਮ 8 ਸਾਲ ਦਾ, ਪਤਾ ਨਹੀਂ 7-8 ਸਾਲ ਦਾ, ਤਾਂ ਹੁਣ ਤਾਂ ਇਹੋ ਜਿਹਾ ਬਣ ਗਿਆ ਯਾਰ। ਉਦਾਂ ਘਰ ਬਹੁਤ ਯਾਦਾਂ ਜੁੜੀਆਂ ਨੇ। ਆਹ ਇੱਕ ਉਹਨਾਂ ਦਾ ਕਮਰਾ ਸੀਗਾ, ਇੱਧਰ ਲੋਕ ਲੱਗਾ ਹੋਇਆ। ਹੁਣ ਸਿਰਫ ਚਾਚੇ ਹੁਣੀ ਰਹਿੰਦੇ ਆ ਉਰੇ, ਤਾਂ ਕਰਕੇ ਉਹ ਨੀਚੇ ਹੀ ਰਹਿੰਦੇ ਆ, ਉਹ ਖਾਲੀ ਰਹਿੰਦਾ ਯਾਰ। ਆਹ ਜੰਗਲਾ ਇੱਥੇ ਉਹ ਲਾਇਆ ਹੁੰਦਾ ਜੀ ਅਸੀਂ, ਹਾਂ ਇੱਥੋਂ ਹੀ ਆਵਾਜ਼ ਮਾਰ ਦਿੰਦੇ ਸੀ ਇੱਕ ਦੂਜੇ ਨੂੰ, ਮੰਮੀ ਰੋਟੀ ਲਿਆ ਦੋ, ਹੈ ਨਾ। ਪਤਾ ਕੀ ਚੱਕਰ, ਢੋਲ ਬਾਲੇ ਵੱਜਦੇ ਆ ਉਰੇ, ਤੁਸੀਂ ਉਹ ਸੁਣਿਆ ਹੋਣਾ, ਆਰੀ 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 ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ, ਉਹ ਜਿਹੜੀ ਰੋਸ਼ਨੀ ਆ ਉਹ ਆ ਜਗਰਾਉਣ ਦੀ ਰੋਸ਼ਨੀ ਹੈ। ਇੱਧਰ ਪੂਰੇ ਢੋਲ ਵੱਜਦੇ ਆ। ਐਲਕੀ ਮੇਲਾ ਨਾ ਹੋਰ ਪਾਸੇ ਲੱਗਿਆ ਹੋਇਆ, ਨਹੀਂ ਨਹੀਂ ਉੱਥੇ ਲੱਗ ਗਿਆ, ਉੱਥੇ ਲੱਗ ਗਿਆ। ਅੱਛਾ ਇੱਥੇ ਆਪਾਂ ਪਹਿਲਾਂ ਜਾਂਦੇ ਸੀ ਨਾ ਮੇਲੇ ਤੇ, ਇੱਕ ਦੋ ਵਾਰੀ ਆਪਾਂ ਗਏ ਹਾਂ, ਤੇ ਉਧਰਲੇ ਪਾਸੇ ਵੀ ਮੇਲਾ ਲੱਗਿਆ ਹੋਇਆ ਕਿ, ਤੇ ਇੱਧਰ ਵੀ ਲੱਗਿਆ ਹੋਇਆ ਹੈ। ਆਈਆਂ ਸੀ ਵੀਡੀਓ, ਮੈਨੂੰ ਉਧਰ ਵੀ ਲੱਗਿਆ ਹੁਣ ਨਵਾਂ। ਚਾਚਾ ਦੇ ਨਾਮ ਵੀ ਲੱਗਦੇ ਐਂਡ ਐਂਡ ਨਹੀਂ, ਕੀ ਕਹਿੰਦਾ ਚਾਚਾ ਦੇ ਨਾਮ ਵੀ ਐਂਡ ਐਂਡ। ਉਰੇ ਬਹੁਤ ਗੁੱਡੇ ਚੜਾਏ ਆ ਯਾਰ, ਹਨਾ ਬਹੁਤ ਵਧੀਆ। ਉਹ ਤੇ ਬੈਠਾ ਉਹ ਉਹਦੇ ਨਾਲ ਕਿੱਡਾ ਹੁੰਦਾ। ਸਾਰੇ ਯਾਰ ਦੋਸਤ ਵੀ ਇੱਥੇ ਹੀ ਸੀਗੇ ਸਾਰੇ ਯਾਰ, ਤੇ ਆਹ ਸਾਡਾ ਸਕੂਲ ਸੀਗਾ ਦੇਖੋ, ਆਹ ਸਾਡਾ ਘਰ ਆ, ਤੇ ਉਹ ਸਾਡਾ ਸਕੂਲ ਸੀਗਾ, ਤੇ ਉਹ ਵਾਲੀ ਸਾਡੀ ਕਲਾਸ ਸੀਗੀ, ਇਹ ਉਹ ਕੰਪਿਊਟਰ ਲੈਬ ਆ ਗਈ, ਤੇ ਆਹ 9 ਨੰਬਰ ਸਾਡੀ ਕਲਾਸ ਹੁੰਦੀ ਸੀ। ਤੇ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਸੀਗੀ, ਮੈਂ ਤਾਂ ਬਈ ਕਦੇ ਬੰਕ ਮਾਰ ਨਹੀਂ ਸਕਦਾ ਸੀ, ਕਿਉਂਕਿ ਜਮਾਂ ਨੇੜੇ ਤਾਂ ਸਾਡਾ ਯਾਰ ਘਰ ਸੀਗਾ ਹਨਾ, ਸਕੂਲ ਦੇ ਉਹ ਰਿਹਾ ਸਕੂਲ ਆ ਰਿਹਾ ਘਰ, ਇੱਥੋਂ ਹੀ ਚਲੇ ਜਾਣਾ ਉੱਧਰ ਨੂੰ, ਤੇ ਜੇ ਕਿਸੇ ਦਿਨ ਮੈਂ ਛੁੱਟੀ ਮਾਰ ਲੈਣੀ ਨਾ, ਤਾਂ ਮੈਂ ਦੇਖੋ ਜਮਾਂ ਸਾਹਮਣੇ 9 ਨੰਬਰ ਕਲਾਸ ਆ, ਤੇ ਮੈਂ ਉਹਦੇ ਖੜ ਕੇ ਪਤਾ ਨਹੀਂ ਚੜਾਈ ਜਾਣੇ ਇਸ ਲੋੜੇ ਅੱਜ ਕੱਲ੍ਹ, ਜਿਵੇਂ ਰਬੜ ਹੈ ਨਹੀਂ ਗੀ ਇੱਥੋਂ ਹੀ ਮਾਰਨੀ ਵਗਾ ਕੇ ਤਾੜ ਦੇਣੇ, ਚੱਲ ਚੱਕ ਇਹ ਜ਼ਿਆਦਾ ਹੋ ਗਿਆ ਮੇਰੇ। ਹਾਂ ਉਹੀ ਮੇਰੀ ਲੈਬ ਆ ਹੁਣ, ਕੰਪਿਊਟਰ ਲੈਬ ਵਾਲੀ, ਉਹੀ ਸਾਰੇ ਪਤੰਗ ਇਹਨਾਂ ਦੇ ਕੋਹਾ ਸਕੂਲ ਦੇ ਕੋਠੇ ਤੇ ਡਿੱਗਦੇ ਸੀ। ਹਾਂ ਮੈਂ ਇੱਕ ਹੋਰ ਦੱਸਣੀ ਸੀਗੀ, ਤੇ ਜਦੋਂ ਹੀ ਮੈਂ ਤੇ ਪਤੰਗ ਚੜਾਉਂਦਾ ਹੁੰਦਾ ਸੀ ਨਾ ਛੁੱਟੀ ਮਾਰ ਕੇ ਅਗਲੇ ਦਿਨ ਜਾਣਾ, ਮੈਡਮ ਕਿਉਂ ਨਹੀਂ ਆਇਆ, ਬਿਮਾਰ ਸੀਗੇ ਜੀ, ਸਾਹਮਣੇ ਤੂੰ ਭੈ ਪਤੰਗ ਚੜਾਈ ਜਾਂਦਾ, ਏਦਾਂ ਬਹੁਤ ਹੋਇਆ ਮੇਰੇ ਨਾਲ। ਹੈਂ ਮੈਂ ਜਾਣ ਕੇ ਛੁੱਟੀ ਮਾਰੀ ਸੀ। ਅੱਛਾ
ਝੂਠ ਬੋਲਦਾ ਬੜਾ ਤੇਜ਼ ਆ। ਓਦਾਂ ਯਾਰ ਦੇਖਿਆ ਜਾਵੇ ਨਾ ਫਾਇਦਾ ਵੀ ਆ ਨੇੜੇ ਹਨਾ ਉਹ ਹੁੰਦਾ ਸਕੂਲ ਤੇ ਨੁਕਸਾਨ ਵੀ ਆ। ਫਾਇਦਾ ਆ ਵੀ ਜਲਦੀ ਪਹੁੰਚ ਜਾਂਦਾ, ਨੁਕਸਾਨ ਇਹ ਵੀ ਬੰਕ ਨਹੀਂ ਮਾਰ ਸਕਦੇ ਤੇ ਘਰ ਦੇ ਕਹਿਣਗੇ ਮੋਟਰਸਾਈਕਲ ਤੇ ਕਿਉਂ ਜਾਣਾ ਵਾ ਯਾਰ ਤੁਰ ਕੇ ਚੱਲ ਜਾ। ਤਾਂ ਕਰਕੇ ਸਾਈਕਲ ਵੀ ਮਸਾਂ ਹੀ ਮਿਲਿਆ ਸੀ, ਸਾਈਕਲ ਤਾਂ ਮਿਲ ਗਿਆ ਸੀਗਾ ਲੈ ਕੇ ਨਹੀਂ ਜਾਣ ਦਿੰਦੇ ਸੀ, ਕਹਿੰਦੇ ਆਹ ਜਾਣਾ ਤੂੰ। ਮੈਂ ਸਾਰੇ ਭੈਣ ਭਰਾਵਾਂ ਨੂੰ ਨਾ ਉਹ ਵਾਲਾ ਮਾਸਕ ਜਿਹਾ ਪਾ ਕੇ ਇੰਨਾ ਡਰਾਉਣਾ ਇੰਨਾ ਡਰਾਉਣਾ, ਮਾਸਕ ਤੋਂ ਬਿਨਾਂ ਵੀ ਮੈਨੂੰ ਡਰਾ ਦਿੰਦਾ ਹੁੰਦਾ ਸੀਗਾ। ਵਾਲੀਆਂ ਪੈਂਦੀਆਂ ਸੀ ਅਮਨ ਦੇ ਤਾਂ, ਦੇਖ ਲਓ ਹਜੇ ਤੱਕ ਅੱਖ ਚੋਂ ਹੰਝੂ ਆਇਆ ਹੋਇਆ। ਸਾਡਾ ਕਮਰਾ ਕਿਵੇਂ ਦੇਖ ਰਿਹਾ ਦੇਖਿਓ, ਜਿਵੇਂ ਬਹੁਤ ਇਤਿਹਾਸਕ ਹੁੰਦਾ ਨਾ ਐਂ ਦੇਖ ਰਹੇ ਆ। ਆ ਬਈ ਉਹ ਇਤਿਹਾਸਕ ਕਮਰਾ ਵੀਰੇ ਵੀਰੇ ਉਹ ਜਿੱਥੇ ਅਸੀਂ ਰਹਿੰਦੇ ਸੀ। ਸਪਿਨਰ ਸੀਗਾ ਉਸਨੇ ਮੇਰੇ ਉਹ ਦੂਰੋਂ ਭਗਾ ਕੇ ਮਾਰਿਆ ਟੀਵੀ 'ਚ ਵੱਜਿਆ ਜਾ ਕੇ। ਹੈਂ ਉਹ ਤਾਂ ਯਾਦ ਨਹੀਂ, ਮੈਂ ਵੱਜ ਕੇ ਥੱਲੇ ਬਹਿ ਗਿਆ ਸੀ ਮੈਂ। ਬੈਡ ਟੀਵੀ ਟਰਾਲੀ ਟੀਵੀ ਕੂਲਰ ਬਾਹਰ ਹੁੰਦਾ ਸੀਗਾ, ਸੋਫਾ ਪੀੜਾ ਲਟਰਮ ਪਟਰਮ ਸਾਰਾ ਕੁਝ। ਜਗਰਾਉਂ ਦੀਆਂ ਸੜਕਾਂ ਦੇ ਇਹਦੇ ਭਰਾ ਭਰਾ ਨਿਕਲੇ ਹੋਏ ਆ ਮੇਰੇ ਵੀਰੇ। ਕੀ ਭਾਈਚਾਰਾ ਦਸ ਰੁਪਏ ਦਾ ਸਪਿਨਰ, ਜੋ ਸਪਿਨਰ ਨਵਾਂ ਨਵਾਂ ਟ੍ਰੈਂਡ ਆਇਆ ਸੀ ਨਾ ਉਦੋਂ ਮੈਂ ਲੈ ਕੇ ਆਇਆ ਸੀਗਾ 300 ਰੁਪਏ ਦਾ। ਦਸ ਰੁਪਏ ਦੇ ਵਿਕਣ ਲੱਗ ਗਏ ਹੁਣ ਘੈਂਟ ਆ ਪੁਰਾਣਾ। ਚੱਲਦਾ ਨੀ ਸੀ ਕਿੰਨੇ ਰੁਪਏ ਦਾ ਵਾ ਸਿਸਟਮ? 20 ਰੁਪਏ ਸੇਲ ਆ ਲਿਖਿਆ 20 ਰੁਪਏ ਸੇਲ। ਓਏ ਪੰਜ ਰੁਪਏ ਨੇ ਕਿੱਥੇ ਜਾ ਬਾਈ ਇਹ ਕਿੱਥੇ ਜਾ ਗਈ ਕਰੀ ਕਿਵੇਂ ਆ ਲਿਖ ਮੈਂ ਕਰ ਦੇ ਤੈਨੂੰ ਸੱਟਾਂਗੇ ਤੂੰ ਕਿਵੇਂ ਆਏਗਾ? ਬਾਕੀ ਨੂੰ ਕੁਛ ਲੈ ਦੋ ਰੁਪਏ ਦੀਆਂ। ਅੱਛਾ 20 ਜਾਂ 30 ਰੁਪਏ ਦਾ ਵਾ ਸਮਾਨ ਉਰੇ, ਜਿਹੜਾ ਜਿਹੜੀ ਚੀਜ਼ ਮਰਜ਼ੀ ਲੈ ਲਓ। ਉਹਦੇ ਨਾਲ ਵੀ ਕੀ ਚੀਜ਼ ਖਰੀਦੀ ਹੈ ਉਹਨਾਂ ਯਾਰ? ਉਹ ਯਾਰ ਅਮਨ ਆ ਚੈਨ ਲੈ ਲਾ ਸੋਨੇ ਦੀ ਮੇਰੇ ਵੱਲੋਂ ਤੈਨੂੰ ਗਿਫਟ ਆ। ਲਿਆਰ ਵਾਲੇ ਨਹੀਂ ਮੇਰੀ ਪਹਿਲਾਂ ਲੈ ਲੈਣਾ ਨਹੀਂ ਆ? ਨਹੀਂ ਅਸਲੀ ਲਾਵਾਂਗੇ ਯਾਰ, ਕਿਉਂ ਯਾਰ ਇਹ ਤਾਂ 20 ਰੁਪਏ ਦਾ ਨਿਪਟ ਜਾਣਾ ਸੀਗਾ, ਹੁਣੇ ਤੂੰ ਆਹ ਕਰ ਦਿੰਦਾ ਹਨਾ, ਤੇਰੇ ਵੱਧ ਪੈਸੇ ਲਵਾਵਾਂਗੇ। ਲੈਣੀਆਂ ਚੈਨ ਸੋਨੇ ਦੀ ਮੇਰੇ ਵੱਲੋਂ ਗਿਫਟ? ਹਾਂ ਡਿਜ਼ਾਈਨ ਪਸੰਦ ਕਰ ਲਓ, ਸੋਸਲੀ ਬਣਵਾ ਦਾਂਗੇ। ਚਮਕ ਸੋਨੇ ਨਾਲੋਂ ਜ਼ਿਆਦਾ ਹਨਾ, ਹਰਸ਼ ਦਾ ਫਿਊਚਰ ਗਣਪਤ ਕੀ ਲੈਣਾ? ਆਹ ਦੇਖੋ ਭਾਈ ਕਿੰਨਾ ਘੈਂਟ ਛੱਲਾ, 10 ਰੁਪਏ ਦਾ ਘੈਂਟ ਆ ਨਾ ਇਹ, 10 ਰੁਪਏ ਵਾਲੀ ਸੇਲ ਆ, 10 ਰੁਪਏ ਵਾਲੀਆਂ ਚੀਜ਼ਾਂ ਸਾਰੀਆਂ, ਆਹ ਵੀ 10 ਰੁਪਏ ਦਾ ਬਾਈ ਦੇਖ ਲਓ, ਕਿਸੇ ਦੀ ਮੌਤ ਦਾ ਰੇਟ ਸਿਰਫ 10 ਰੁਪਏ ਆ।
ਮੰਮੀ ਘਰੇ ਗਏ ਰੋਈ ਨਾ ਬਹੁਤ ਥੀ ਆ ਯਾ ਕੀ ਆ ਓਏ ਹਾਂਜੀ ਅੱਜ ਮੇਰਾ ਜੀ ਕਰਿਆ ਤੇਰੀ ਭਾਬੀ ਨੂੰ ਰਾਣੀ ਹਾਰ ਲੈ ਦਵਾਂ ਯਾਰ ਲੈ ਦੋ ਓਏ ਆ ਬਈ ਟਾਈਮ ਰਾਣੀ ਹਾਰ ਦਾ ਮੇਰਾ ਭਾਬੀ ਲੈ ਦਿਆ ਕਰ ਮੰਮੀ ਤੂੰ ਲੈਣਾ ਰਾਣੀ ਹਾਰ ਨਹੀਂ ਦੇਖ ਲਓ ਤੇਰੀ ਵੋਟੀ ਦੀ ਪਾਂਦੀ ਉਮਰ ਤੁਸੀਂ ਵੀ ਜਵਾਨ ਹੋ ਹਲੇ ਹਾਂ ਇਹ ਦੇਖੀ ਜਾਂਦਾ ਸੀ ਮਾੜਾ ਦਾਲ ਲੱਗੇ ਮੈਂ ਵੀ ਲੈ ਲਾ ਕਿਸੇ ਨਾ ਕਿਸੇ ਲਈ ਹਨਾ ਰਾਜਾ ਹਾਰ ਦੇਖ ਰਿਹਾ ਰਾਜਾ ਹਾਰ ਇਹ ਦੇਖੀ ਜਾਂਦਾ ਵੀ ਯਾਰ ਕੋਈ ਦਾਜਾ ਲੱਗੇ ਹੁਣ ਕੱਲ ਨੂੰ ਆਊਗਾ ਸਿੱਖ ਰਿਹਾ ਵਾਂ ਤੇ ਤੂੰ ਕਿਹੜਾ ਦੁਬਾਰਾ ਫਿਰ ਮੈਂ ਕੱਲ ਨੂੰ ਆ ਕੇ ਮੈਂ ਆਪਦੇ ਦੁਆਉਂਗਾ ਫਿਰ ਇਹ ਪਤਾ ਕੀ ਚੱਕਰ ਆਏ ਇੱਕੋ ਦਮ ਹੀ ਆਊਗਾ ਕੱਲ ਨੂੰ ਹੁਣ ਨਾ ਬੜਾ ਸੋਚ ਸਮਝ ਕੇ ਇੱਥੇ ਫਿਰਦਾ ਪਿਆ ਵੀ ਯਾਰ ਮੈਂ ਹਾਰ ਜਾ ਲੈਣਾ ਵਾ ਕਿਹੜਾ ਲਵਾਂ ਬੜਾ ਖਿੱਚੀ ਜਾਂਦਾ ਇੱਕ ਵੀ ਭੇਜ ਦਿੰਦੇ ਕਿਹੜਾ ਪਸੰਦ ਆ ਤਾਂ ਹੀ ਲੇਟ ਜਾ ਹੋ ਜਾਂਦਾ ਪਿੱਛੇ ਰਹਿ ਜਾਂਦਾ ਹਨਾ ਪਿਓਰ ਨਹੀਂ ਹੈਗਾ ਤੂੰ ਖਰੀਦਣਾ ਕੋਈ ਪਿਓਰ ਨਹੀਂ ਆਪ ਨੂੰ ਹਾਰ ਦਵਾ ਰਿਹਾ ਮੇਲਿਆਂ ਚੋਂ ਤੋਂ ਦਾਏ ਭਾਲਦਾ ਲੈਟ ਵੀ ਚਾਹੀਦੀ ਇਹ ਚ ਵਾਹ ਜੀ ਵਾਹ ਤੂੰ ਤੂੰਬੀ ਨੀ ਜੀ ਭਰਾ ਸਮਾਨ ਦੇਖ ਰਹੇ ਸੀ ਹੈ ਤਾਂ ਘੈਂਟ ਆ ਪਰ ਚਲੋ ਕੋਲੇ ਗਏ ਉਦੋਂ ਪਤਾ ਨੀ ਲੱਗ ਰਿਹਾ ਵੀ ਕਿਹੜਾ ਖਰੀਦੀਏ ਕਿਹੜਾ ਨਹੀਂ ਹਾਂ ਜਮਾ ਅਸਲੀ ਲੱਗ ਰਹੀ ਆ ਚਲਾ ਵੀ ਸਕਦੇ ਮੰਮੀ ਆਹ ਲਾ ਲੈ ਦੋ ਸ਼ੋਰਟ ਲਈ ਆ ਜਿਵੇਂ ਨਾ ਮਾਹੌਲ ਗਰਮ ਕਰਨ ਵਾਸਤੇ ਮਜ਼ਾਕ ਕਰਦਾ ਪਤਾ ਹੀ ਆ ਰਿਹਾ ਹਾਂ ਅੱਗੇ ਵਾਧੂ ਮਿਲ ਜਾਣੇ ਆ ਤਵਰੇ ਅੱਗੇ ਕੌਣ ਖੜਾ ਲੈ ਕੇ ਸਾਰੀਆਂ ਦੁਕਾਨਾਂ ਤੇ ਕੋਲ ਛੱਡ ਕੇ ਲੈਟਰਮ ਪਟਰਮ ਤਾਂ ਨਹੀਂ ਕੀ ਕੁਛ ਇੱਥੇ ਆ ਖੜੇ ਹੋਏ ਤੂੰ ਨਿੱਕੇ ਹੁੰਦੇ ਮੰਗਦਾ ਹੁੰਦੇ ਖਿਡੌਣੇ ਉਹ ਕੀ ਕਹੇ ਉਹ ਕਿਹੜੇ ਕੰਮ ਦਾ ਹੁੰਦੇ ਆ ਵੀ ਖਿਡੌਣੇ ਹੀ ਆ ਹੋਰ ਕੀ ਆ ਡੈਡੀ ਆ ਹੋਰ ਇਹਨਾਂ ਦੇ ਸਾਹ ਚੱਲਦੇ ਆ ਹੋਰ ਇਹ ਕਿਹੜਾ ਗਿੱਧਾ ਪਾ ਕੇ ਦਿਖਾਉਣ ਵਿੱਚ ਹੈ ਆਈ ਦਸੀ ਮਾੜਾ ਆ ਗਿਆ ਕੀ ਆ ਵੀ ਅਮਨ ਆ ਸਾਪਾ ਕੀ ਆ ਧੋਣ ਆਕੜੀ ਹੋਈ ਆ ਧੋਣ ਚ ਵਲ ਪਿਆ ਛੋਟਾ ਵਾ ਜੇ ਉਹ ਛੋਟਾ ਵਾ ਵੀ ਲੱਗਦਾ ਜੇ ਉਹ ਯਾਰ ਗਾਲ
ਮੋਦੀ ਵਾਲਾ ਬਾਂਦਰ ਵਧੀਆ ਯਾਰ ਉਹ ਦੰਦ ਕੱਢਦਾ ਹੀ ਵੇਖੀ ਚਪੇੜਾ ਮਾਰ ਮਾਰ ਕੇ ਮੂੰਹ ਦੂਜੇ ਪਾਸੇ ਲਾਤਾ ਇਹਦਾ ਪੈਸੇ ਦੇ ਕੇ ਥੱਕ ਰਹੇ ਆ ਇਹ ਬੰਦੇ ਓਏ ਇਹ ਤੇ ਕੋਈ ਨਾ ਮੈਂ ਗਿਆ ਸੀ ਮੋਹਾਲੀ ਟ੍ਰੈਂਪਲਾਈਨ ਪਾਰਕ ਟੱਪਰੇ ਟੱਪ ਦੇਣਾ ਇੱਕ ਤਾਂ ਬੈਲੈਂਸ ਵਿਗੜ ਗਿਆ ਮੇਰਾ ਆਪਦਾ ਗੋਡਾ ਮੇਰੇ ਮੂੰਹ ਤੇ ਵੱਜਿਆ ਜਿਵੇਂ ਆ ਜਿਵੇਂ ਇਹਦੇ ਹੁਣ ਵੱਜਣਾ ਸੀਗਾ ਕੋਸ਼ ਤਾਂ ਪੂਰੇ ਆ ਨਾ ਇਹ 20 ਰੁਪਏ ਤੇ ਉਹ 20 ਰੁਪਏ ਦੇ ਆਏ ਫਿਰ ਤਾਂ ਘੈਂਟ ਆ ਯਾਰ ਹੌਲੀ ਪੁੱਤ ਹੌਲੀ ਪੈਂਟ ਨਾ ਬੁਲਾ ਲੂੰ ਓਏ ਬਾਈ ਦੇਖੋ ਕੀ ਕਹਿੰਦਾ ਇਹ 20 ਰੁਪਏ ਦੇ ਕੇ 20,000 ਦਾ ਨੁਕਸਾਨ ਕਰ ਦੂੰ ਪਰ ਰਿੰਗ ਤੋੜੀਏ ਹਾਂ ਕਟਰ ਲੈ ਗਏ ਯਾਰ ਕਹਿੰਦਾ ਸਪਰਿੰਗ ਚੋਰੀ ਕਰੀਏ ਇਹ ਜੇਬ 'ਚ ਕਟਰ ਭਾਈ ਫਿਰਦਾ ਹੁੰਦਾ ਇੱਥੋਂ ਪਾੜ ਦਿੰਦਾ ਹੁੰਦਾ ਬਾਈ ਜੇਬ 'ਚ ਬਲੇਡ ਆ ਵਾਹ ਜੀ ਵਾਹ ਕਿੰਨਾ ਸੋਹਣਾ ਲੱਗਦਾ ਨਾ ਆਪਣਾ ਘਰ ਵੀ ਆ ਦੇ ਆ ਰਿਹਾ ਘਰ ਆ ਰਹੀ ਦਰਗਾਹ ਅੱਛਾ ਬਾਹਰ ਨੂੰ ਤਾਂ ਕਿਵੇਂ ਲੱਗਿਆ ਆਪਣਾ ਅੱਜ ਦਾ ਵਲੌਗ ਯਾਰ ਜ਼ਰੂਰ ਦੱਸੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਓ ਸਾਡੇ ਵਲੌਗ ਹੋਰ ਦੇਖਣ ਲਈ ਹੁਣ ਘਰੇ ਆ ਚੁੱਕਿਆ ਤੇ ਹੁਣ ਖੇਡ ਰਿਹਾ ਬੈਲ ਬੋਲ ਲਿਆ ਆਉਣ ਵੀਰੇ ਆਊਟ ਚਾਰ ਟੱਪੇ ਬਹਿ ਗਏ ਆਊਟ ਟਿਪ ਤੇ ਬਸ ਆਪਾਂ ਮਿਲਦੇ ਹਾਂ ਨੈਕਸਟ ਕਿਸੇ ਘੈਂਟ ਦੇ ਵਲੌਗ ਦੇ ਵਿੱਚ ਟਿਲ ਦੈਨ ਪੀਸ ਆਊਟ